ਸੋਹਣਾ ਇੱਕ ਮਿੰਟ ਅਜੇ ਕੋਸ਼ਿਸ਼ ਕਰ ਰਹੇ ਹਾਂ, ਕੈਮਰੇ ਦੇਖ ਰਹੇ, ਜੋ ਵੀ ਸਾਡੇ ਕੋਲ ਤਫਤੀਸ਼ ਸਾਹਮਣੇ ਆ ਤੁਹਾਨੂੰ ਦੱਸ ਦੇਵਾਂਗੇ। ਅਜੇ ਸਾਨੂੰ ਸਾਰੀ ਇਹ ਮੈਟਰ ਤਫਤੀਸ਼ ਦਾ ਹੈਗਾ, ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਅਸੀਂ ਦੱਸ ਦਾਂਗੇ। ਕਿੰਨੇ ਵਜੇ ਦਾ ਵਾਕਿਆ ਸਰ? ਇਹਦਾ ਨਾਂ ਹਰਦੀਪ ਸਿੰਘ ਸੀਗਾ, ਪਿੰਡ ਪਤਾ ਲੱਗਾ ਇਹਦਾ, ਪਿੰਡ ਚੋੜੀਆਂ ਕਲਾਂ ਸੀਗਾ ਜੀ। ਕੰਮ ਇਹਦੀ ਅਲਮੂਨੀਅਮ ਦੀ ਦੁਕਾਨ ਆ ਜੀ, ਇੱਥੇ ਇਹ ਕਿਤੇ ਅੱਗ ਛੇਕ ਰਿਹਾ ਸੀਗਾ ਇੱਥੇ, ਅਤੇ ਇਕੱਲਾ ਬੈਠਾ ਸੀਗਾ ਇਹਨੂੰ ਗੋਲੀਆਂ ਮਾਰ। ਸਰ ਇਹ ਦੱਸੋਗੇ ਕਿ ਕਿੰਨੇ ਬੱਚਿਆਂ ਨੇ ਗੋਲੀਆਂ ਮਾਰ? ਮੈਂ ਸੁਣਨ ਮੁਤਾਬਕ ਹੈ ਕਿ ਦੋ ਜਣੇ ਬਾਈਕ 'ਤੇ ਆਏ ਆ, ਬਟ ਇਹ ਸਾਰਾ ਵੈਰੀਫਾਈ ਕਰਾਂਗਾ। ਤਫਤੀਸ਼ ਦਾ ਮੈਟਰ ਆ, ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਕਿੰਨੇ ਰਾਊਂਡ ਪਏ। ਬਿਲਕੁਲ, ਅਜੇ ਸਾਨੂੰ ਇਹ ਵੀ ਕਲੀਅਰ ਨਹੀਂ ਹੈਗਾ ਕਿੰਨੇ ਰਾਊਂਡ ਫੈਰ ਹੋਏ ਆ, ਸਾਰਾ ਕੁਛ ਉਹ ਬੋਡੀ ਚੈੱਕ ਕਰਾਂਗੇ ਕਿੰਨੇ ਉਹਦੇ ਗੋਲੀਆਂ ਲੱਗੀਆਂ, ਉਹਦੇ ਮੁਤਾਬਕ ਵੇਖ ਕੇ ਤੁਹਾਨੂੰ ਕੋਲ ਮਿਲੇ ਕੋਈ ਤੁਹਾਨੂੰ ਕੋਲ ਮਿਲੇ ਨੇ ਜੀ? ਕਿੰਨੇ ਮਿਲੇ ਸਾਨੂੰ? ਕਰੀਬ 14 ਕੋਲ ਮਿਲੇ। ਸਰ ਉਮਰ ਕਰੀਬ 35 ਸਾਲ ਹੈ। ਸਾਰਾ ਕੁਛ ਅਮਨੀਸ਼ਨ ਦੇਖਿਆ ਜਾਊਗਾ ਕਿਹੜੇ ਸਰ ਤੁਹਾਡਾ ਤਾਂ ਤੁਹਾਨੂੰ ਚੌਂਕ 'ਚ ਨਾਕਾ ਵੀ ਲੱਗਾ ਹੁੰਦਾ ਹਮੇਸ਼ਾ? ਹਾਂਜੀ। ਹਾਂਜੀ, ਬੋਡੀ ਕਿੱਥੇ ਲੈ ਕੇ? ਡੈਡ ਬੋਡੀ ਹੌਸਪੀਟਲ ਲੈ ਕੇ ਗਏ ਆ, ਮੈਂ ਵੀ ਪਿੱਛੇ ਜਾ ਰਿਹਾ, ਮੈਂ ਥੋੜ੍ਹਾ ਵੈਰੀਫਾਈ ਕਰ ਰਿਹਾ, ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਦਾ। ਓਕੇ ਜੀ, ਥੈਂਕ ਯੂ।